ਸ਼ਹਿਜ਼ਾਦੀਆਂ ਤੁਸੀਂ ਸਾਰੇ ਸਨ ਹੋ ਗਏ ਤੇ ਤੁਸੀਂ ਦੇਖਿਓ ਮੈਂ ਯੂਟਿਊਬ ਚੈਨਲ ਆਮਿਨਾ ਸ਼ਹਿਜ਼ਾਦੀ ਤੇ ਮੇਰੀ ਦੁਆਵਾ ਤੁਸੀਂ ਜਿੱਥੇ ਰਹੋ ਸਦਾ ਹੱਸਦੇ ਰਹੋ ਵਸਦੇ ਰਹੋ ਸ਼ਾਦ ਰਹੋ ਤੇ ਹਮੇਸ਼ਾ ਬਾਲ ਰਹੋ। ਹਾਂਜੀ ਗਾਇਸ, ਜਿਹੜੇ ਮੇਰੇ ਪਿਆਰੇ ਫੈਨ ਭਾਈ ਮੇਰੇ ਚੈਨਲ ਤੇ ਨਿਊ ਨੇ, ਅਗਰ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਤੇ ਬਟਨ ਦਬਾ ਦਿਓ ਤਾਂ ਕਿ ਹਰ ਆਈ ਵੀਡੀਓ ਬਹੁਤ ਸਾਰੇ ਨਾਲ ਮੇਰੇ ਪਿਆਰੇ ਭਾਈ ਤਾਂ ਪਹੁੰਚ ਸਕੇ। ਠੀਕ ਹੋ ਗਿਆ ਗਾਇਸ? ਹਾਂਜੀ, ਅੱਜ ਆਪਾਂ ਪਲਾਓ ਬਿਰਿਆਨੀ ਮੇਰੀ ਫੇਵਰਟ ਬਿਰਿਆਨੀ ਬਣਾ ਰਹੇ ਹਾਂ। ਉਹਦੇ ਚਾਵਲ ਆਪਣੇ ਬਾਇਲ ਹੋ ਰਿਹਾ, ਇੱਧਰ ਆਪਣੇ ਜਿਹੜੇ ਪਿਆਜ਼ ਆ ਬਰਾਊਨ ਹੋ ਰਿਹਾ। ਹਾਂਜੀ ਗਾਇਸ, ਆਪਾਂ ਨਾ ਹੁਣ ਜਲਦੀ ਲੱਗੀਏ ਨਾ, ਲਸਣ ਕੁੱਟ ਲਿਆ ਲੇਟ ਪਹਿਲੇ ਬਹੁਤ ਜ਼ਿਆਦਾ ਹੋ ਗਈਆਂ, ਠੀਕ ਹੋ ਗਈਆਂ ਤੇ ਹੁਣ ਮੈਂ ਜਲਦੀ ਜਲਦੀ ਨਾ ਲਸਣ ਬਣਾ ਲਾਂ ਤੇ ਇੱਧਰ ਦੋਨਾਂ ਛੱਡਾਂ ਤੇ ਆਪਾਂ ਆਪਣੇ ਸਮਾਨ ਵਗੈਰਾ ਤਿਆਰ ਹੁੰਦੇ ਆ। ਹਾਂਜੀ ਗਾਇਸ, ਚਲੋ ਹੁਣ ਸਾਰੇ ਮਸਾਲੇ ਵਿੱਚ ਐਡ ਕਰਨ ਦੀ ਵਾਰੀ ਆ ਗਈ ਆ। ਬਹੁਤ ਜ਼ਿਆਦਾ ਲੇਟ ਹੋਈ ਖੜੀ ਆ, ਇੱਕ ਮੇਰਾ ਮਸਾਲਾ ਜਿਹੜਾ ਨਾ ਜਲਣ ਦਿਆ ਵਾ। ਨਮਕ ਵਿੱਚ ਐਡ ਕਰਦੇ ਹਾਂ, ਇੱਥੇ ਗਰਮੀ ਬਹੁਤ ਜ਼ਿਆਦਾ ਵਾ। ਹਾਂਜੀ ਗਾਇਸ, ਹੁਣ ਵਿੱਚ ਆਪਾਂ ਸਾਰੇ ਮਸਾਲੇ ਐਡ ਕਰਦੇ ਹਾਂ। ਇਮਲੀ ਦਾ ਕਿਸੇ ਯਾਦ ਹੀ ਨਹੀਂ ਸੀਗਾ, ਫਿਰ ਅਚਾਨਕ ਜਲਦੀ ਜਲਦੀ ਕਿਹਾ ਇਮਲੀ ਲੈ ਕੇ ਆਓ। ਸ਼ੁਕਰ ਹੈ ਇੱਥੇ ਕੋਲ ਦੁਕਾਨ ਸੀਗੀ ਸਾਡੀ। ਹੁਣ ਥੋੜ੍ਹਾ ਜਿਹਾ ਨਾ ਵਿੱਚ ਪਾਣੀ ਛੱਡਦੇ ਹਾਂ ਤਾਂ ਕਿ ਜਿਹੜਾ ਜਲੇ ਨਾ। ਹਾਂਜੀ ਗਾਇਸ, ਚਲੋ ਹੁਣ ਆਪਾਂ ਵਿੱਚ ਗੋਸ਼ਤ ਐਡ ਕਰਦੇ ਹਾਂ ਤੇ ਜਿਹੜੇ ਆਪਣੇ ਚਾਵਲ ਸੀਗੇ ਉਹ ਬਾਇਲ ਹੋ ਗਏ, ਠੀਕ ਹੋ ਗਿਆ ਉਹਨਾਂ ਨੂੰ ਨਾ ਵੀ ਆਪਾਂ ਛਾਣ 'ਚ ਨਿਕਾਲ ਲਿਆ ਤੇ ਇੱਧਰ ਹੁਣ ਮੈਂ ਗੋਸ਼ਤ ਵਿੱਚ ਐਡ ਕੀਤਾ। ਗਰਮੀ ਬਹੁਤ ਜ਼ਿਆਦਾ ਵਾ ਤੇ ਹਮਲਾ ਤੂੰ ਨਾ ਸੁਧਰ ਜਾਏ, ਤੈਨੂੰ ਮੈਂ ਦੱਸਦੀ ਪਈ ਇੱਧਰ। ਹਾਂਜੀ ਗਾਇਸ, ਜਿਹੜੇ ਆਪਾਂ ਚਾਵਲ ਉਬਾਲੇ ਉਹਨਾਂ ਦਾ ਮਸਾਲਾ ਜਿਹੜਾ ਆਪਣਾ ਰੈਡੀ ਹੋ ਗਿਆ, ਹੋ ਰਿਹਾ ਸੀ ਚਿਕਨ, ਉਹਦੇ 'ਚ ਆਪਾਂ ਦਹੀਂ ਜ਼ਰੂਰ ਐਡ ਕਰਾਂਗੇ ਕਿਉਂਕਿ ਦਹੀਂ ਵਿੱਚ ਪਾਵਾਂਗੇ ਤੇ ਟੇਸਟ ਲੈਦਾ ਹੀ ਆ, ਠੀਕ ਹੋ ਗਿਆ ਨਾ। ਚਲੋ ਹੁਣ ਇਹਨੂੰ ਮਿਕਸ ਕਰਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਹਾਂ ਹੁਣ ਜਿਹੜੀ ਇਹ ਦਹੀਆਂ ਕੁੱਟ ਕੇ ਅੱਛੇ ਤਰੀਕੇ ਨਾਲ ਬਰੀਕ ਕਰਕੇ ਇਹਦੇ ਵਿੱਚ ਐਡ ਕਰੇ ਤੇ ਬਣਾਏ, ਕਿਉਂਕਿ ਗਾਇਸ ਤੁਸੀਂ ਕਮੈਂਟ 'ਚ ਦੱਸੋ ਸਾਰਾ ਕੰਮ ਮੈਂ ਕਰੀ ਤਾਂ ਉਹਨਾਂ ਨੂੰ ਮੈਂ ਜਿਹੜਾ ਕੰਮ ਕਹਿੰਦੀ ਕਹਿੰਦੀ ਮੈਨੂੰ ਕਦੀ ਕੁਛ ਹੋ ਰਿਹਾ ਕਦੀ ਕੁਛ ਹੋ ਰਿਹਾ ਤਾਂ ਉਹਨਾਂ ਕਹਿੰਦਾ ਸਾਰਾ ਕੰਮ ਤੂੰ ਕਰਨਾ। ਹਾਂਜੀ ਗਾਇਸ, ਆਪਣੇ ਨਾ ਸਾਰੀ ਚੀਜ਼ਾਂ ਹਰ ਚੀਜ਼ ਰੈਡੀ ਹੋ ਗਈ ਤੇ ਹੁਣ ਨਾ ਮੈਂ ਕਿਹਾ ਜਲਦੀ ਜਲਦੀ ਸ਼ਾਜਾ ਲਗਾ ਲੈਂਦੇ ਹਾਂ ਤੇ ਪਲੀਜ਼ ਪਲੀਜ਼ ਤੁਸੀਂ ਹੁਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਮੈਨੂੰ ਹੁਣ ਤੁਸੀਂ ਜਿੰਨਾ ਹੋ ਸਕੇ ਇੰਨਾ ਸਪੋਰਟ ਕਰੋ ਕਿਉਂਕਿ ਮੇਰੇ ਨਾਲ ਦੀਆਂ ਜਿਹੜੀਆਂ ਮੇਰੀਆਂ ਕਜ਼ਨਾਂ ਉਹ ਕਹਿ ਰਹੀਆਂ ਤੈਨੂੰ ਹੈ ਨਾ ਤੇਰੇ ਵਿਊਅਰ ਆ ਤੇਰੇ ਫੈਨ ਭਾਈ ਤੈਨੂੰ ਸਪੋਰਟ ਨਹੀਂ ਕਰ ਰਹੇ ਤੇ ਮੈਂ ਕਿਹਾ ਨਹੀਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਤੇ ਪਲੀਜ਼ ਪਲੀਜ਼ ਮੈਨੂੰ ਜਿੰਨਾ ਹੋ ਸਕੇ ਇੰਨਾ ਸਪੋਰਟ ਕਰੋ। ਹਾਂਜੀ ਗਾਇਸ, ਹੁਣ ਉੱਪਰ ਆਪਾਂ ਜ਼ਰਦਾ ਰੰਗ ਐਡ ਕਰ ਰਹੇ ਹਾਂ। ਹੁਣ ਦੇਣੇ ਆ ਦਮ ਤੇ ਦਮ ਇਹਨਾਂ ਨੂੰ 10-15 ਮਿੰਟ ਦੇਣਾ। ਹਾਂਜੀ ਗਾਇਸ, ਦਮ ਦੇਤਾ ਵਾ ਤੇ ਹੁਣ ਕਰਦੇ ਹਾਂ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭਰਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੇ ਲਾਈਕ ਤੇ ਸਬਸਕ੍ਰਾਈਬ ਕਰੇ ਤਾਂ ਹਰ ਵੀਡੀਓ ਬਸ ਆਣਾ ਮੇਰੇ ਪਿਆਰੇ ਭਰਾਈਆਂ ਤੱਕ ਪਹੁੰਚ ਸਕੇ। ਮਿਲਾਂਗੇ ਅਗਲੀ ਵੀਡੀਓ 'ਚ।